ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ। ਪਤੰਗ ਲੁੱਟ ਰਹੇ ਬੱਚੇ ਤੇ ਭੁੱਖੇ ਸ਼ੇਰਾਂ ਵਾਂਗੂ ਟੁੱਟ ਕੇ ਪਏ ਕੁੱਤੇ, ਦੇਖੋ ਕਿਵੇਂ ਬੱਚੀ ਮਾਸੂਮ ਦੀ ਜਾਨ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਅੱਜ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਮਨੁੱਖ ਲਈ ਕਦੇ ਵੀ ਨੁਕਸਾਨਦੇਹ ਹੁੰਦੀ ਜਾ ਰਹੀ ਹੈ। ਕਾਫੀ ਸਾਲ ਪਹਿਲਾਂ ਸਿਹਤ ਵਿਭਾਗ ਦੁਆਰਾ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਸੀਮਿਤ ਰੱਖਣ ਲਈ ਇਹਨਾਂ ਨੂੰ ਦਵਾਈ ਪਾਈ ਜਾ ਰਹੀ ਸੀ, ਪਰ ਅਜਿਹਾ ਨਹੀਂ ਕੀਤਾ ਜਾਂਦਾ। ਸਗੋਂ ਕੁੱਤੇ ਦੀ ਜਾਨ ਤੇ ਮਾਮਲਾ ਦਰਜ ਹੋ ਸਕਦਾ, ਜਿਸ ਕਾਰਨ ਕੁੱਤਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਕਈ ਵਾਰ ਤਾਂ ਇਹ ਕੁੱਤੇ ਇਨਸਾਨ ਦੀ ਜਾਨ ਤੋਂ ਵੀ ਲੈਣ ਤੋਂ ਨਹੀਂ ਝਿਜਕਦੇ। ਗੁਰਦਾਸਪੁਰ ਦੇ ਪਿੰਡ ਚੋਰ ਸਿੱਧੂਆਂ ਵਿੱਚ 8-10 ਅਵਾਰਾ ਕੁੱਤਿਆਂ ਨੇ ਮਿਲ ਕੇ 11 ਸਾਲ ਦੇ ਬੱਚੇ ਇੱਕ ਅਰੁਣ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਭਾਵੇਂ ਲੋਕਾਂ ਵੱਲੋਂ ਉਸਨੂੰ ਛੁਡਾ ਲਿਆ ਗਿਆ, ਪਰ ਉਸਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਲੜਕੇ ਦੇ ਚਾਚੇ ਸੁਰਜੀਤ ਰਾਮ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਬਾਹਰ ਖੇਡ ਰਿਹਾ ਸੀ, ਉਸ ਨੂੰ ਕਈ ਕੁੱਤਿਆਂ ਨੇ ਘੇਰ ਲਿਆ, ਉਸ ਦੇ ਸਾਰੇ ਸਰੀਰ 'ਤੇ ਕੁੱਤਿਆਂ ਨੇ ਦੰਦ ਲਾ ਦਿੱਤੇ। ਸੁਰਜੀਤ ਰਾਮ ਦੇ ਦੱਸਣ ਦੇ ਮੁਤਾਬਿਕ ਲੜਕੇ ਦੀ ਹਾਲਤ ਨੂੰ ਦੇਖਦੇ ਉਸਨੂੰ ਅੰਮ੍ਰਿਤਸਰ 'ਚ ਰੈਫਰ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਗਰੀਬ ਇਨਸਾਨ ਕੋਲ ਪੈਸੇ ਨਾ ਹੋਣ ਤਾਂ ਅੰਮ੍ਰਿਤਸਰ ਬੱਚੇ ਨੂੰ ਲਿਜਾਣ ਦਾ ਖਰਚਾ ਕਿਵੇਂ ਕਰੇ। ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਬਾਹਰ ਕੁੱਤੇ ਨੂੰ ਛੁਟਕਾਰਾ ਦਵਾਇਆ ਜਾਏ, ਕਿਉਂਕਿ ਸਭ ਬੱਚੇ ਬਾਹਰ ਖੇਡਦੇ ਨੇ ਅਤੇ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੈ। ਖਬਰ ਲਾ ਸਕਦੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।